खर्चा बचता है ਉਹ ਤੇ ਸਰਕਾਰ ਵੱਲੋਂ ਕੋਈ ICB ਕੁਛ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਉਹ ਕਿੰਨੀ ਹੋਵੇ ਰਾਸ਼ੀ ਦੇ ਇਹ ਤੈਅ ਨਹੀਂ ਹੋਈ ਉਧਰੋਂ ਕੀ ਹੈ ਸਾਡੀ ਮੰਗ ਸੀ ਵੀ ਘੱਟੋ ਘੱਟ ਉਹਨਾਂ ਨੂੰ ਜਿਹੜਾ ਵੀ ਉਹ ਜਿਹੜੇ ਕੁਛ ਨਹੀਂ ਫਸਲ ਬੀਜਦੇ ਉਹ 50,000 ਜੇ ਉਹਨਾਂ ਨੂੰ ਦਿੰਦੇ ਹੋ ਤਾਂ ਉਹਨਾਂ ਦਾ ਕੰਮ ਸਰਦਾ ਹੈ ਜ਼ਮੀਨ ਖਾਲੀ ਰੱਖਣ ਦੇ ਬਦਲੇ 50,000 ਉਹਨਾਂ ਨੂੰ ਮਿਲੇ ਕਿ 50,000 ਰੁਪਏ ਕਿਉਂਕਿ ਠੇਕੇ ਹੀ ਪੈ ਜਾਂਦਾ ਉਹਨਾਂ ਦਾ 35,000 ਰੁਪਏ ਤਾਂ ਅਤੇ ਉਹਨਾਂ ਨੂੰ 50,000 ਮਿਲੇ ਉਹ ਇਕੱਲੀ ਕਣਕ ਬੀਜ ਲੈਣ ਤਾਂ ਕਿ ਉਹਨਾਂ ਦਾ ਪਾਣੀ ਪੂਣੀ ਦਾ ਬਚ ਜਾਏ ਕੁਛ ਪ੍ਰਪੋਜ਼ਲ ਇਹੋ ਜਿਹੇ ਆਏ ਸੀ ਵੀ ਜੇ 2 ਮਹੀਨੇ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਜੇ 2 ਮਹੀਨੇ ਕੋਈ ਫਸਲ ਵਿਹਲੀ ਰੱਖਦਾ ਤਾਂ ਨਬਾਰਡ ਵੱਲੋਂ ਇੱਕ ਸਕੀਮ ਹੈ ਵੀ 10,000 ਰੁਪਈਆ ਉਹ ਕਿਸਾਨ ਨੂੰ ਦਿੱਤਾ ਜਾਊਗਾ ਵਿਹਲੀ ਜੇ ਅਗਸਤ ਦੇ ਵਿੱਚ ਜਾ ਕੇ ਕੋਈ ਫਸਲ ਬੀਜ ਸਕਦਾ ਉਹ ਕਿੰਨੇ ਕੁ ਬੈਨੀਫਿਟ ਆ ਉਹ ਸਾਡੇ ਵਿਚਾਰ ਨਾਲ ਇਸ਼ੂ ਪਿਆ ਇੱਕ ਉਧਰੋਂ ਹੀ ਪ੍ਰਪੋਜ਼ਲ ਆਈ ਸੀ ਦੂਜੀ ਉਧਰੋਂ ਇਹ ਆਈ ਸੀ ਵੀ ਜਿਹੜੀ ਫਸਲੀ ਝੋਨਾ ਲੇਟ ਬੀਜੇ ਜਿਵੇਂ 126 ਕਿਸਮ ਹੈ ਉਹ 35 ਕਿਸਮ ਹੈ ਉਹ ਚੰਗਾ ਝਾੜ ਦਿੰਦੀ ਹੈ ਪਰ ਉਹਨਾਂ ਚਿਰ ਤਾਂ ਕਿਸਾਨ ਵਿਹਲੀ ਨਹੀਂ ਰੱਖ ਸਕਦੇ ਆਪਣੇ ਵੱਲੋਂ ਇਹ ਪ੍ਰਪੋਜ਼ਲ ਸੀ ਵੀ ਮੱਕੀ ਜਿਹੜੀ ਬੀਜ ਰਿਹਾ ਸੀ ਉਦੋਂ ਪਹਿਲਾਂ ਮੱਕੀ ਬੀਜ ਕੇ ਕਮਾਈ ਜਾ ਸਕਦੀ ਹੈ ਉਹ ਤਾਂ ਸਰਕਾਰ MSP ਦੇਣ ਨੂੰ ਤਿਆਰ ਹੈ ਜੇ MSP ਉਹ ਤਾਂ ਦਿੰਦੀ ਹੈ ਅਤੇ ਮੂੰਗੀ ਉਹ ਤਾਂ MSP ਦੇਣ ਨੂੰ ਸਰਕਾਰ ਤਿਆਰ ਹੈ ਸਰਕਾਰ ਵੱਲੋਂ ਇਹ ਆਈ ਸੀ ਵੀ ਸਰਕਾਰ ਨੇ ਕਿਹਾ ਸੀ ਵੀ ਮੂੰਗੀ ਬਾਰੇ ਅਸੀਂ ਵੀ ਸੋਚ ਰਹੇ ਹਾਂ ਕਿ ਮੂੰਗੀ ਬੀਜ ਕੇ ਹੈ ਦੋਨਾਂ ਬਾਰੇ ਅਸੀਂ ਸੋਚ ਰਹੇ ਹਾਂ ਵੀ ਇਹਦਾ ਕੀ ਬਣਾਈਏ ਅਤੇ ਇਹ ਤਕਰੀਬਨ ਸਾਡੀ ਗੱਲ ਸਾਂਝੀ ਹੋਈ ਹੈ ਬਾਕੀ ਜੇ ਕੋਈ ਗੱਲ ਅਗਲੀ ਪੁੱਛਣੀ ਹੈ ਸਾਡੇ ਝੰਡਾ ਸਿੰਘ ਜੇਠੂ ਕੇ ਦੇਣਗੇ ਜਵਾਬ ਇਹਦਾ ਇਹ ਵੀ ਨਾਲ ਹੀ ਸੀਗੇ ਤੁਸੀਂ ਇਹਦਾ ਕੋਈ ਸਵਾਲ ਕੁਛ ਕਰਨਾ ਇਹਨਾਂ ਦੇ ਘਰ ਸਬਜ਼ੀਆਂ ਨੂੰ ਲੈ ਕੇ ਕੋਈ ਚਰਚਾ ਹੋਈ ਹੈ ਸਬਜ਼ੀਆਂ ਦੇ ਉੱਪਰ MSP ਨੂੰ ਲੈ ਕੇ ਕੀ ਸਬਜ਼ੀਆਂ ਬਾਰੇ ਹਜੇ ਕੋਈ ਗੱਲ ਨਹੀਂ ਹੋਈ ਹਜੇ ਤਾਂ ਮੇਨਲੀ ਕਿਉਂਕਿ ਝੋਨੇ ਦਾ ਸੀਜ਼ਨ ਹੈ ਝੋਨਾ ਕਿਵੇਂ ਲੱਗੇ ਕਿਹੜੇ ਸਮੇਂ 'ਚ ਲੱਗੇ ਸਿੱਧੀ ਬਿਜਾਈ ਕਿੰਨੀ ਹੋ ਜੇ ਬਾਸਪਤੀ ਹੈ ਉਹ ਤਾਂ ਖਰੀਦ ਦੀ ਗਰੰਟੀ ਬਣ ਜੇ ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਬਾਸਪਤੀ ਨੂੰ ਮਤਲਬ ਕੋਈ ਗਰੰਟੀ ਦੇਣ ਬਾਰੇ ਅਸੀਂ ਆਪਦੀ ਚਰਚਾ ਕਰਾਂਗੇ ਇਸ ਕਿਸਮ ਦੀਆਂ ਜ਼ਿੰਮੇਵਾਰੀ ਲਵੇ ਦੂਜੀ ਸਿੱਧੀ ਬਿਜਾਈ ਵਾਲੀ ਸੀਗੀ ਵੀ ਜੇ ਸਿੱਧੀ ਬਿਜਾਈ ਤੇ ਲੋਕਾਂ ਨੂੰ ਲਾਉਣਾ ਹੈ ਕੁਛ ਕਿਸਾਨ ਬੀਜ ਰਹੇ ਸਿੱਧੀ ਬਿਜਾਈ ਵੀ ਇਹਦੇ ਤੇ ਕੋਈ ਬੈਨੀਫਿਟ ਦੇ ਦੇ ਸਰਕਾਰ ਮੰਨ ਲਓ ਜੇ ਸਿੱਧੀ ਬਿਜਾਈ ਕਰਾਉਣੀ ਹੈ ਸਰਕਾਰ ਦੇ ਦੇ 10,000 ਰੁਪਇਆ ਕਿੱਲੇ ਨਾਲ ਬਹੁਤ ਸਾਰੇ ਕਿਸਾਨ ਸਿੱਧੀ ਬਿਜਾਈ ਕਰ ਲਉਣਗੇ ਕਿਉਂਕਿ ਉਹਨੂੰ ਲੱਗੂ ਵੀ ਜੇ ਹੋ ਇਦੋਂ ਵੱਧ ਨਹੀਂ ਘਾਟਾ ਪੈਂਦਾ ਸਿੱਧੀ ਬਿਜਾਈ ਵਾਲੇ ਕਹਿੰਦੀ ਇਹ ਹੈ ਵੀ ਸਰਕਾਰ ਨੇ ਖਾਸਾ ਉਹ ਤਾਂ ਸਿੱਧੀਆਂ ਸਹੀ ਗੱਲਾਂ ਕਹੀਆਂ ਅਮਲ 'ਚ ਕਿੰਨੀਆਂ ਆਉਂਦੀਆਂ ਗਾਂ ਪਤਾ ਲੱਗੂ ਉਦੋਂ ਗਾਂ ਵਾਲੀ ਗੱਲ ਜਿਹੜੀ ਸੀਗੀ ਅਸੀਂ ਪਹਿਲਾਂ ਮੀਟਿੰਗ ਕਰਕੇ ਗਏ ਹਾਂ ਉਹਦੇ 'ਚ ਸੀਗਾ ਜਿਹੜਾ ਨਰਮੇ ਵਾਲਾ ਸੀਗਾ ਖਾਸ ਕਰਕੇ ਮੁਕਤਸਰ ਵਾਲੇ ਦਾ ਉਹ 50 ਕਰੋੜ ਸੀਗਾ 5 ਕਰੋੜ ਉਹਨਾਂ ਦਾ ਸੀਗਾ ਉਹਨਾਂ ਨੇ ਸਾਨੂੰ ਆਪਦਾ ਫਾਈਲ ਦਿਖਾਈ ਹੈ ਵੀ ਇਹ ਕਿਹੜਾ ਸਾਨੂੰ ਸੈਂਟਰ ਨੂੰ ਭੇਜਣੀ ਪੈਂਦੀ ਹੈ ਅਸੀਂ ਇਸੇ ਹਫ਼ਤੇ 'ਚ ਗਰੰਟੀ ਉਹਨੂੰ ਪੈਸੇ ਭੇਜ ਦਾਂਗੇ ਅਤੇ ਨਾਲ ਉਹਨਾਂ ਦੇ ਜਿਹੜਾ ਐਸ ਆਪਣਾ ਡਿਪਟੀ ਸੀਗਾ ਅਤੇ DC ਉਹਦੀ ਇਨਕੁਆਇਰੀ ਲਾ ਦੀ ਹੈ ਇਨਕੁਆਇਰੀ 'ਚ ਕੀ ਆਉਂਦਾ ਸੀ ਉਹਨਾਂ 'ਤੇ ਕਾਰਵਾਈ ਕਰਾਂਗੇ ਕਣਕ ਦੇ ਝਾੜ ਨੂੰ ਲੈ ਕੇ ਕੁਛ ਡਾਕਟਰ ਸਾਹਿਬ ਗੱਲ ਹੋਈ ਨਹੀਂ ਕਣਕ ਵਾਲੀ ਗੱਲ 'ਤੇ ਹਜੇ ਕੋਈ ਨਹੀਂ ਗਾਹ ਮਗ ਜਾਂ ਹੋਣੀ ਹੈ ਐਤੀ ਆ ਝਾੜ ਵਾਲੀ 'ਤੇ ਨਹੀਂ ਉਹ 'ਤੇ ਕੋਈ ਨਹੀਂ ਹੋਈ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਹੈ ਇਸ ਮੀਟਿੰਗ ਦਾ ਮੁੱਖ ਤੌਰ 'ਤੇ ਏਜੰਡਾ